ਤੇਰੀ ਨਾ ਰੰਡੀ ਹੋ ਜੇ, ਨੀ ਤੇਰੀ ਤੀ ਰੰਡੀ ਹੋ ਜੇ, ਨੀ ਤੇਰੇ ਦੋਤੇ ਮਰ ਜਾਣ। ਜਨਾਨੀ ਦਾ ਹਾਲ ਦੇਖੋ, ਜਾ ਕੇ ਕੋਟ ਕੋਟ ਬਾਅਦ ਮਾੜਾ ਕਰਦਾ ਲੱਗਾ। ਹਰ ਕੋਈ ਆਪਣਾ ਆਪਣਾ ਫਾਇਦਾ ਸੋਚਦਾ, ਕੋਈ ਜਨਾਨੀ ਦਾ ਸੋਚੋ। 7 ਨੰਬਰ ਗਲੀ 'ਚ ਰਹਿੰਦੀ, ਕਰਮਪੁਰੇ, 318 ਨੰਬਰ ਮਕਾਨ ਮੇਰਾ। ਸਰ ਮੈਂ ਕੋਠੀਆਂ 'ਚ ਕੰਮ ਕਰਦੀ, 5 ਕੋਠੀਆਂ ਦਾ ਕੰਮ ਕਰਦੀ ਹਾਂ। ਸਰ ਮੈਂ ਇੱਕ ਕੋਠੀ ਕੰਮ ਕਰਦੀ ਹਾਂ, ਮੈਂ 9:30 ਘਰੋਂ ਆਈ, 10 ਮੈਂ ਪਹੁੰਚ ਗਈ ਹਾਂ। ਸਰ ਹਾਲੀ ਮੈਂ 31 ਨੰਬਰ ਕੋਠੀ 'ਚ ਮੈਂ ਝਾੜੂ ਮਾਰਨ ਦੀ ਗਲੀ 'ਚ, ਅਤੇ ਕੋਠੀ ਵਾਲੇ ਮਾਲਕ ਆਂਟੀ ਮੈਨੂੰ ਬੁਲਾ ਲਿਆ ਹੈ, ਅਤੇ ਮੈਂ ਕਿਹਾ ਪਤਾ ਨਹੀਂ ਕੀ ਗੱਲ ਕਾਹਤੋਂ ਬਤਾਇਆ, ਕਹਿੰਦੀ ਛੇਤੀ ਆ ਜਾ। ਮੈਂ ਕਿਹਾ ਕੀ ਕਰਨਾ, ਚੁੰਨੀ ਲੈ ਕੇ ਆਵਾਂ? ਕਹਿੰਦੀ ਉਤਰੇ ਹੀ ਆ ਜਾ। ਮੈਂ ਨਹੀਂ, ਮੈਂ ਸ਼ੋਲ ਲੈ ਕੇ ਆਉਂਦੀ ਉੱਤੇ। ਸਰ ਮੈਂ ਅੰਦਰ ਜਾ ਕਹਿੰਦੀ ਝਾੜੂ ਮਾਰੇ ਇੱਥੇ, ਸਰ ਮੈਂ ਝਾੜੂ ਮਾਰਨ ਡਾ ਪਈ ਹਾਂ। ਅਤੇ ਸਰ ਮੁੜ ਕੇ ਉਹਨਾਂ 'ਚ ਨੂੰ ਸਾਰੇ ਕਮਰਿਆਂ 'ਚ ਝਾੜੂ ਮਾਰ ਦਿੱਤਾ, ਸਾਰੇ ਕਮਰਿਆਂ 'ਚ। ਸਰ ਮੈਂ ਪੌੜੀਆਂ 'ਚ ਝਾੜੂ ਮਾਰਦੀ ਆਉਂਦੀ, ਅਤੇ ਪੁਲਿਸ ਚੱਲ ਗਈ ਆ। ਮੈਨੂੰ ਨਹੀਂ ਪਤਾ ਕਿ, ਮੈਂ ਕਿਹਾ ਗੈਸਟ ਆਏ ਹੋਣਗੇ ਇਹਨਾਂ ਦੇ ਘਰ ਸਵੇਰੇ ਸਵੇਰੇ, ਮੈਨੂੰ ਨਹੀਂ ਪਤਾ। ਅਤੇ ਮੈਂ ਜਿਹੜਾ ਮਾਲਕ ਹੀ ਸ਼ੁਭਮ, ਮੈਂ ਉਹਨੂੰ ਕਿਹਾ ਕਿ ਭਾਅ ਜੀ ਉੱਤੇ ਤੁਹਾਡੇ ਤਾਲਾ ਵੱਜਾ ਵਾ, ਅਤੇ ਮੈਂ ਕਿਹਾ ਗੈਸਟਾਂ ਨੂੰ ਬਣਾ ਹੋਊਗਾ, ਅਤੇ ਕਹਿੰਦੇ ਕੋਈ ਗੱਲ ਨਹੀਂ ਆ, ਇੰਨੀ ਗੱਲ ਕੀਤੀ ਉਹਨਾਂ ਨੇ। ਅਤੇ ਸਰ ਮੈਂ ਪੌੜੀਆਂ ਹੋਣ ਜਾਂਦੀ ਹਾਂ, 5 ਮਿੰਟਾਂ ਬਾਅਦ ਫਿਰ ਮੈਨੂੰ ਪੁਲਿਸ ਖਲੋਤੀ ਮੇਰੇ ਲਾਗੇ, ਝਾੜੂ ਮੇਰੇ ਹੱਥ 'ਚ ਆ, ਡਸਟ ਪਲੇਟ ਹੱਥ 'ਚ ਆ। ਸਰ ਉਹਨਾਂ ਨੇ ਮੈਨੂੰ ਕੁੱਟਿਆ ਵੀ ਆ, ਉਹਦੇ ਮੇਰੇ ਕੱਪੜੇ ਵੀ ਪਾੜੇ ਉਹਨਾਂ ਨੇ, ਕੱਪੜੇ ਲਾ ਕੇ ਮੈਨੂੰ ਫੇਰ ਮਾਰਿਆ, ਸ਼ੁਭਮ ਨੇ ਮਾਰਿਆ। ਸਾਲ ਇੱਕ ਹੋ ਗਿਆ, 16 ਤਰੀਕ ਨੂੰ ਸਰ ਮੈਨੂੰ ਸਾਲ ਹੋ ਗਿਆ ਵਾ, ਪੂਰਾ ਸਾਲ ਹੋ ਗਿਆ ਪੂਰਾ। ਸਰ ਮੈਂ ਇਨਸਾਫ ਮੰਗਦੀ, ਮੈਂ ਧੀਆਂ ਮੇਰੀਆਂ ਛੋਟੀਆਂ ਛੋਟੀਆਂ, ਮੈਂ ਇਨਸਾਫ ਮੰਗਦੀ, ਜੋ ਮੈਨੂੰ ਇਨਸਾਫ ਦਿਓ, ਮੈਂ ਇਹ ਕੰਮ ਨਹੀਂ ਕੀਤਾ ਜੇ। ਮੈਂ ਸਰ ਕੋਈ ਨਹੀਂ ਹੈਗਾ, ਬਸ ਇਹ ਘਰ ਦੇ ਮਾਲਕ ਹੀ ਤੇ ਪੁਲਿਸ ਹੀ। ਇੱਕ ਜੈਂਟਸ ਸੀ, 2 ਜੈਂਟਸ ਸੀ ਪੁਲਿਸ ਵਾਲੇ, ਤੇ ਇੱਕ ਲੇਡੀ ਸੀ। ਨਹੀਂ ਪਹਿਲਾਂ ਕੁੱਟਿਆ ਇਹਨਾਂ ਨੇ ਮੈਨੂੰ, ਪੁਲਿਸ ਵਾਲਿਆਂ ਨੇ ਮੁੜ ਕੇ ਅੰਦਰ ਆਣ ਕੇ ਇੱਥੇ ਮੈਨੂੰ ਕੁੱਟਿਆ, ਉੱਥੇ ਪੁਲਿਸ ਵਾਲੇ ਜੈਂਟਸ ਨੇ ਕੁੱਟਿਆ ਮੈਨੂੰ, ਮੇਰੇ ਲੱਤਾਂ ਮੇਰੇ ਸ਼ੋਲ ਨਾਲ ਬੰਨ ਕੇ ਕੁਰਸੀ ਤੇ ਬਹਿ ਕੇ, 3 ਮੈਡਮਾਂ ਮੇਰੇ ਲੱਕ ਤੇ ਚੜੀਆਂ ਆ, ਫਿਰ ਮੈਨੂੰ ਮਾਰਿਆ। ਸਾਰੀ ਰਾਤ ਮੇਰੀਆਂ ਭੈਣਾਂ ਮੇਰੇ ਲਾਗੇ, ਮੇਰੀਆਂ ਸੱਸ ਬੈਠੀ ਰਹੀ, ਕੰਧ ਨਾਲ ਦੀਵਾਰ ਨਾਲ ਮੈਂ ਸਰ ਲਾ ਕੇ ਬੈਠੀ ਰਹੀ ਸਾਰੀ ਰਾਤ। ਸਰ ਮੈਨੂੰ ਇਨਸਾਫ ਚਾਹੀਦਾ ਇਹ ਗੱਲ ਦਾ, ਮੈਂ 30 ਲੱਖ ਦੀ ਚੋਰੀ ਨਹੀਂ ਕੀਤੀ। ਫਿਜ਼ੀਕਲੀ ਨਾ ਮੈਂ ਨਾ ਮੇਰੀ ਵਾਈਫ ਨੇ ਕਿਸੇ ਨੇ ਕੋਈ ਹੱਥ ਨਹੀਂ, ਆਰੋਪ ਤੇ ਦੇਖੋ ਜੀ, ਆਰੋਪ ਨਹੀਂ ਨਹੀਂ ਇੱਕ ਸੈਕਿੰਡ, ਆਰੋਪ ਤੇ ਦੇਖੋ ਜੀ, ਜਬ ਵੀ ਕੋਈ ਇਨਵੈਸਟੀਗੇਸ਼ਨ ਚੱਲ ਰਹੀ ਹੈ, ਹਰ ਬੰਦਾ ਇੱਕ ਦੂਸਰੇ 'ਤੇ ਆਰੋਪ ਲਗਾਤਾ। ਹਮ ਯਹਾਂ ਪੇ ਸਾਇਲੈਂਟਲੀ ਬੈਠੇ ਹਾਂ, ਵੇਟ ਕਰ ਰਹੇ ਹਾਂ ਡਿਸੀਜਨ ਕੀ, ਬਾਕੀਓ ਕੋ ਵੀ ਇਹ ਰਿਕੁਐਸਟ ਕੀ ਜਾਏਗੀ ਡਿਸੀਜਨ ਕੀ। ਮੈਂ ਕਿਹਨੂੰ ਕਿਹਾ ਤੁਹਾਡੇ ਕੋਲ? ਤੁਹਾਡੇ ਕੋਲ ਨਹੀਂ, ਫਿਰ ਨਹੀਂ, ਫਿਰ ਮੈਂ ਵੀ ਕਹਿ ਰਿਹਾ, ਮੈਨੂੰ ਵੀ ਲੋਕਾਂ ਨੇ ਇੱਕ ਹੱਥ ਵੀ ਨਹੀਂ ਲਗਾਇਆ, ਇੱਕ ਹੱਥ ਵੀ ਨਹੀਂ ਲਾਇਆ ਮੈਂ ਕਿਸੇ ਨੂੰ, ਲੇਡੀਜ਼ ਕਹਿ ਰਹੀ ਵੀ ਮੇਰੇ ਕੱਪੜੇ ਵੀ ਲਾਏ ਇਹਨਾਂ ਨੇ। ਕਿਸੇ ਨੂੰ ਕਹਿਣ ਦੇ ਕੀ ਹੈ ਯਾਰ, ਉਹ ਤਾਂ ਤੁਹਾਨੂੰ ਵੀ ਪਤਾ ਇਸ ਤਰ੍ਹਾਂ ਦੇ ਆਰੋਪ ਆਰੋਪ ਚੱਲਦੇ ਰਹਿੰਦੇ ਆ। ਅਸੀਂ ਨਾ, ਅਸੀਂ ਦੇਖੋ ਜੀ ਇੱਕ ਸ਼ਹਿਰੀ ਹੈ, ਅਸੀਂ ਇੱਕ ਸ਼ਹਿਰੀ ਹਾਂ, ਸਾਨੂੰ ਅਸੀਂ ਪੁਲਿਸ ਨੂੰ ਕੰਪਲੇਂਟ ਦਿੱਤੀ ਹੈ, ਜੋ ਕਾਰਵਾਈ ਹੈ ਪੁਲਿਸ ਕਰ ਰਹੀ ਹੈ। ਸਾਡੇ ਘਰੋਂ ਜਦੋਂ ਲਿਆਂਦਾ ਗਿਆ ਵਾ, ਤਦ ਵੀ ਪੁਲਿਸ, ਲੇਡੀ ਪੁਲਿਸ ਲੈ ਕੇ ਆਈ ਹੈ। ਅਸੀਂ ਨਾ ਕਿਸੇ ਨੂੰ ਕੁਛ ਕਿਹਾ ਜੀ, ਅਤੇ ਨਾ ਕਿਸੇ ਨੂੰ ਕੋਈ ਇਹੋ ਜਿਹਾ। ਤੁਹਾਡੀ ਕੋਠੀ 'ਚ ਕਿੰਨਾ ਚਿਰ ਹੋ ਗਿਆ ਕੁੜੀ ਨੂੰ ਕੰਮ ਕਰਦੇ?
ਚਾਰ ਪੰਜ ਮਹੀਨੇ ਹੋ ਗਏ ਜੀ, ਛੇ ਮਹੀਨੇ ਚਲੋ ਕਿੰਨਾ ਮਤਲਬ ਇੰਨਾ ਕੁ ਟਾਈਮ ਹੋਇਆ ਜੀ, ਚਾਰ ਛੇ ਮਹੀਨੇ ਹੋਏ ਨੇ ਕੰਮ ਕਰਦੇ। ਅਸੀਂ ਕਿਸੇ ਨੂੰ ਕੋਈ ਨਾ ਹੱਥ ਲਗਾਇਆ ਜੀ, ਨਾ ਅਸੀਂ ਕਿਸੇ ਨੂੰ ਕਹਿ ਰਹੇ ਸਾਨੂੰ ਧਮਕੀ ਦਿੱਤੀ ਆ ਗੋਲੀ ਮਾਰ, ਕਿਸੇ ਨੂੰ ਨੀ ਜੀ। ਇਹ ਤਾਂ ਇੱਕ ਮਿੰਟ ਹੁਣ ਇਹ ਸਾਰੇ ਜਿੰਨੇ ਅੰਦਰ ਆ ਕੇ ਕਹਿ ਕੇ ਗਏ ਨੇ ਕਿ ਇਹਨਾਂ ਪਿਓ ਪੁੱਤਰਾਂ ਨੂੰ ਇੱਥੇ ਮਾਰ ਦੇਣਾ ਮੈਂ। ਅਸੀਂ ਜੇ ਦਿਖਣਾ ਭੈਣ ਨੂੰ ਹੱਥ ਲਾਓਗੇ, ਅਸੀਂ ਕਿਸੇ ਨੂੰ ਨੀ ਲਗਾਇਆ ਜੀ, ਅਸੀਂ ਕਿਸੇ ਨੂੰ ਨੀ ਲਗਾਇਆ ਜੀ, ਅਸੀਂ ਕਿਸੇ ਨੂੰ ਹੱਥ ਨੀ ਲਗਾਇਆ ਜੀ। ਹਾਂਜੀ ਮੈਡਮ, ਜਿਹੜਾ ਐਕਚੁਅਲੀ 17B ਬਿਊਟੀ ਐਵੀਨਿਊ 'ਚ ਨਾ ਚੋਰੀ ਹੋਈ ਸੀ, ਗੋਲਡ ਦੀ ਚੋਰੀ ਹੋਈ ਸੀ ਉਹਨਾਂ ਦੇ ਕੁਛ ਨਾ, ਮਤਲਬ ਕਿ ਆਈਟਮਸ ਮਿਸਿੰਗ ਸੀਗੇ, ਗੋਲਡ ਆਈਟਮਸ ਜਿਹੜੇ ਸੀਗੇ। ਅਤੇ ਉਸ ਟਾਈਮ 'ਤੇ ਜਿਹੜੇ ਇਹਨਾਂ ਦੇ ਮੇਡਸ ਵਗੈਰਾ ਕੰਮ ਕਰਦੇ ਸੀਗੇ ਘਰੇ, ਉਹਨਾਂ ਦੇ ਇਹਨਾਂ ਨੇ ਨੇਮਸ ਦਿੱਤੇ ਸੀ ਕਿ ਸਾਨੂੰ ਇਹਨਾਂ 'ਤੇ ਹੀ ਸ਼ੱਕ ਹੈਗਾ, ਕਿਉਂਕਿ ਘਰ 'ਚ ਕੋਈ ਵੀ ਸਮਾਨ ਬਿਖਰਿਆ ਨਹੀਂ ਹੋਇਆ ਸੀਗਾ, ਕੋਈ ਵੀ ਤਾਲਾ ਨਹੀਂ ਟੁੱਟਿਆ ਹੋਇਆ ਸੀਗਾ। ਅਤੇ ਇਹਨਾਂ ਨੇ ਕਿਹਾ ਸੀ ਕਿ ਜੋ ਕਲੀਨ ਕਰਨ ਆਉਂਦੇ ਉਹਨਾਂ ਕੋਲ ਕੀਜ਼ ਵੀ ਹੁੰਦੀਆਂ, ਸਾਰਾ ਕੁਛ ਹੁੰਦੀਆਂ, ਅਤੇ ਕਾਇੰਡਲੀ ਇਸ ਚੀਜ਼ ਨੂੰ ਵੈਰੀਫਾਈ ਕੀਤਾ ਜਾਵੇ। ਅਤੇ ਆਪਾਂ ਜਿਹੜੀ ਵੀ ਇਹਨਾਂ ਦੇ ਮੇਡਸ ਕੰਮ ਕਰਦੇ ਆ, ਚਲੋ ਇਸ ਟਾਈਮ ਮੈਂ ਨੇਮਸ ਨਹੀਂ ਲਊਂਗੀ, ਚਾਰ ਮੇਡਸ ਇਹਨਾਂ ਦੇ ਘਰ ਕੰਮ ਕਰਦੇ ਆ, ਕੱਲ੍ਹ ਵੀ ਬੁਲਾਏ ਸੀਗੇ, ਉਹਨਾਂ ਦੇ ਫਿੰਗਰਪ੍ਰਿੰਟ ਐਨਾਲਿਸਿਸ ਵਗੈਰਾ ਆਪਾਂ ਕਰਾਉਂਦੇ ਹਾਂ, ਫੋਰੈਂਸਿਕ ਜਾਂਚ ਪ੍ਰੋਪਰ ਕਰਾਉਂਦੇ। ਅਤੇ ਇੱਦਾਂ ਹੀ ਅੱਜ ਵੀ ਬੁਲਾਏ ਗਏ ਸੀ ਇਹ ਵਾਲੇ ਜਿਹੜੇ ਕਾਫੀ ਦੇਰ ਤੋਂ ਹੀ ਕੰਮ ਕਰ ਰਹੇ ਸੀਗੇ, ਬਲਵਿੰਦਰ ਕੌਰ ਜਿਹੜੇ ਅੱਜ ਆਏ ਸੀ। ਅਤੇ ਉਹ ਕੀ ਹੋਇਆ ਕਿ ਉਸ ਟਾਈਮ 'ਤੇ ਜਦੋਂ ਉਹ ਆਏ ਆ, ਅਤੇ ਲੋਕਾਂ ਨੇ ਰੋਸ਼ ਦਿਖਾਇਆ ਕਿ ਕਿਉਂ ਇੱਦਾਂ ਕੋਈ ਸਬੂਤ ਹੈਗਾ ਜਾਂ ਕੁਛ, ਚਲੋ ਕਈਆਂ ਨੂੰ ਲੈਕ ਆਫ ਨੌਲੇਜ ਕਰਕੇ ਨਹੀਂ ਪਤਾ ਹੁੰਦਾ, ਆਪਾਂ ਬਿਨਾਂ ਸਬੂਤ ਵੀ ਕੁਛ ਹੈ ਜੀ, ਇਨ ਕੇਸ ਕਿਸੇ ਨੇ ਨਾਮ ਲਿਆ ਕਿ ਸਾਨੂੰ ਸ਼ੱਕ ਹੈਗਾ, ਆਪਾਂ ਵੈਰੀਫਾਈ ਕਰਨ ਲਈ ਬੁਲਾ ਸਕਦੇ ਹਾਂ, ਫੋਰੈਂਸਿਕ ਜਾਂਚ ਇੰਪੋਰਟੈਂਟ। ਨਹੀਂ, ਉਹਨਾਂ ਨੇ ਮੈਨੂੰ ਅੰਦਰ ਆ ਕੇ ਜੋ ਗੱਲ ਦੱਸੀ, ਉਹਨਾਂ ਨੇ ਇਹ ਗੱਲ ਦੱਸੀ ਹੈ ਕਿ ਕੱਲ੍ਹ ਜਦੋਂ ਇਹਨਾਂ ਨੂੰ ਘਰ 'ਚ ਮਿਸਿੰਗ ਵਗੈਰਾ ਮਿਲਿਆ ਸਮਾਨ, ਅਤੇ ਉਹਨਾਂ ਨੇ ਮੇਰੇ ਨਾਲ ਮਤਲਬ ਕਿ ਕਾਫੀ ਉੱਚੀ ਰੋਲਾ ਪਾ ਪਾ ਕੇ ਗੱਲ ਕੀਤੀ, ਅਤੇ ਮੇਰੇ ਨਾਲ ਮਤਲਬ ਕਿ ਮਾਰਕੁੱਟ ਵੀ ਕੀਤੀ, ਜਿਹਦੇ ਰਿਲੇਟਡ ਮੈਂ ਕਿਹਾ ਕਿ ਤੁਸੀਂ ਜੇ ਮੈਡੀਕਲ ਕਰਾਉਣਾ ਚਾਹੁੰਦੇ ਤੁਸੀਂ ਆਪਣਾ ਕਰਾ ਸਕਦੇ ਹੋ, ਅਤੇ ਉਹ ਕਹਿੰਦੇ ਕਿ ਹਾਂ ਮੇਰਾ ਮੈਡੀਕਲ ਕਰਾਇਆ ਜਾਵੇ। ਉਹ ਉਹਨਾਂ ਨੇ ਉਹਨਾਂ ਦੀ ਗੱਲ ਕੀਤੀ ਸੀ ਜਿਹੜੀ ਮੈਟਰ ਹੋ ਰਿਹਾ, ਕਹਿੰਦੇ ਜਦੋਂ ਆਪਾਂ ਥਾਣੇ ਲੈ ਕੇ ਆਏ, ਕਹਿੰਦੇ ਕੱਪੜੇ ਲਾ ਕੇ ਮੇਰੇ ਕੁੱਟਿਆ ਗਿਆ, ਇਹ ਗੱਲ ਨਹੀਂ ਨਹੀਂ ਉਹ ਆਪ ਹੀ ਥਾਣੇ ਹੁਣੇ ਲੈ ਕੇ ਆਏ ਸੀਗੇ ਤੁਹਾਡੇ ਸਾਹਮਣੇ, ਐਂਡ ਹੁਣੇ ਬਸ ਫੋਰੈਂਸਿਕ ਜਾਂਚ ਤੋਂ ਬਾਅਦ ਹੁਣ ਵਾਪਿਸ ਜਾ ਰਹੇ ਸੀਗੇ। ਇਹਨਾਂ ਦਾ ਕੁਛ ਵੀ ਨਹੀਂ ਹੋਇਆ, ਕੈਮਰਾਜ਼ ਪ੍ਰੋਪਰਲੀ ਲੱਗੇ ਹੋਏ, ਕੋਈ ਇੱਦਾਂ ਦੀ ਗੱਲਬਾਤ ਨਹੀਂ ਹੈ।